75 ਸੀਟਾਂ ਓਵਰਆਲ ਪੰਜਾਬ ਦੀ ਗੱਲ ਕਰੀਏ ਆਪਾਂ ਕਿੰਨੀ ਕਿੰਨੀ ਸੀਟਾਂ ਹੋਈਆਂ ਆਪਣੀਆਂ 88 89 ਦੇ ਕਰੀਬ ਪਹੁੰਚ ਰਹੀ ਹੈ ਜੀ ਫਿਲਹਾਲ ਤਾਂ ਸੁਖਬੀਰ ਸਾਹਿਬ ਵੀ ਪਿੱਛੇ ਚੱਲ ਰਹੇ ਬੜੇ ਬਾਦਲ ਸਾਹਿਬ ਵੀ ਪਿੱਛੇ ਚੱਲ ਰਹੇ ਕੈਪਟਨ ਕਮਲਜੀਤ ਆ ਰਹੇ ਜੀ ਅਮਰਿੰਦਰ ਹਰਜ ਸੰਨੀ ਵੀ ਦੋਨੋਂ ਸੀਟਾਂ ਤੋਂ ਖਾ ਰਹੇ ਜੀ ਦੋਨੋਂ ਸੀਟਾਂ ਪਿੱਛੇ ਜਾ ਰਹੇ ਚੰਪੋਰ ਸਾਹਿਬ ਤੋਂ ਚਲੋ ਸ਼ਾਇਦ ਪੰਜਾਬ ਦੀ ਬਿਹਤਰੀ ਵਾਸਤੇ ਹੀ ਹੋਏ ਤੇ ਮੈਂ ਤਾਂ ਵਧਾਈਆਂ ਦਵਾਂ ਸਾਰੇ ਸ਼ਰਮਾ ਜੀ ਸਰਪੰਚ ਤੋਂ ਲੈ ਕੇ ਹੁਣ ਤੱਕ ਕੋਈ ਇਲੈਕਸ਼ਨ ਨਹੀਂ ਹਾਰੇ ਹੁਣ ਕੀ ਲੱਗ ਰਿਹਾ ਚਲੋ ਇਹ ਤਾਂ ਜ਼ਿੰਦਗੀ ਦਾ ਅਪ ਡਾਊਨ ਤਾਂ ਇੱਕ ਪਾਰਟ ਆਫ ਲਾਈਫ ਹੈਗਾ ਬੜੀ ਪ੍ਰਮਾਤਮਾ ਨੇ ਬਖਸ਼ਿਸ਼ ਕਰੀ ਹੈ ਮੈਨੂੰ ਜ਼ਿੰਦਗੀ 'ਚ ਮੈਂ ਪੰਚ ਬਣਨਾ ਨਹੀਂ ਸੋਚਿਆ ਸੀਗਾ ਸਰਪੰਚ ਤੋਂ ਚੱਕ ਕੇ ਇੱਥੇ ਤੱਕ ਪਹੁੰਚਾਇਆ ਪਾਰਟੀ 'ਚ ਦੂਸਰਾ ਨੰਬਰ ਮੇਰਾ ਹੈਗਾ ਸੋ ਲੋਕ ਜਿਹੜੀਆਂ ਕਮਿਟਮੈਂਟਾਂ ਆਮ ਆਦਮੀ ਪਾਰਟੀ ਨੇ ਕਰੀਆਂ ਵੀ 2000 ਲੇਡੀਜ਼ ਨੂੰ ਦੇ ਦਾਂਗੇ ਹੋਰ ਦੇ ਦਿੰਦੇ ਲੋਕ ਕਿਤੇ ਨਾ ਕਿਤੇ ਉਹਨਾਂ ਗੱਲਾਂ 'ਚ ਇਨਫਲੂਐਂਸ ਆਏ ਹੈਗੇ ਦੂਸਰਾ ਮੀਡੀਆ ਮੈਨੇਜਮੈਂਟ ਸੋਸ਼ਲ ਮੀਡੀਆ ਤੀਸਰਾ ਕਿਤੇ ਨਾ ਕਿਤੇ ਦੇਖੋ ਪੰਜਾਬ ਦਾ ਤਾਂ ਮੈਨੂੰ ਪਤਾ ਨਹੀਂ ਮੇਰੇ ਹਲਕੇ 'ਚ ਬੀਜੇਪੀ ਦਾ ਜਿਹੜਾ ਟੁੱਟਣਾ ਮੈਂ ਸਮਝਦਾ ਕਿ ਉਹ ਵੀ ਨੁਕਸਾਨ ਆਪਾਂ ਨੂੰ ਹੋਇਆ ਕਿਉਂਕਿ ਸ਼ਹਿਰ 'ਚੋਂ ਤਕਰੀਬਨ ਲਾ ਲਿਓ ਜੀਰਕਪੁਰ 'ਚ 13,000-14,000 ਦੀ ਲੀਡ ਹੋ ਗਈ ਜੇ ਜੀਰਕਪੁਰ ਮੇਰੀ ਅਤੇ ਬੀਜੇਪੀ ਦੀ ਇਕੱਠੀ ਕਰ ਲਿਓ ਤਾਂ 8-10,000 ਆਪਾਂ ਲੀਡ ਕਰਦੇ ਹਾਂ ਸੋ ਇਹ ਚੀਜ਼ਾਂ ਵੀ ਕਾਊਂਟ ਕਰੀਆਂ ਬਾਕੀ ਰਿਵਿਊ ਕਰਾਂਗੇ ਬੈਠ ਕੇ ਸਾਰੇ ਨਹੀਂ ਨਹੀਂ ਮੈਂ ਤਾਂ ਧੰਨਵਾਦ ਕਰਦਾ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਹਲਕੇ ਦੇ ਲੋਕਾਂ ਦਾ ਬੜਾ ਪਿਆਰ ਮੈਨੂੰ ਜਿਹੜਾ ਉਹਨਾਂ ਨੇ ਦਿਆ ਨਹੀਂ ਬੜੀ ਵੋਟ ਸਪੋਰਟ ਸਭ ਕੁਛ ਮਿਲਿਆ ਹੈਗਾ ਸੋ ਮੈਂ ਤਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਜਿਸ ਤਰ੍ਹਾਂ ਪਹਿਲਾਂ ਸੇਵਾਦਾਰ ਬਣ ਕੇ ਸੇਵਾ ਕਰੀਏ ਇਸੇ ਤਰ੍ਹਾਂ ਹੀ ਸੇਵਾ ਕਿੱਥੇ ਕਮੀ ਰਹਿ ਗਈ ਇਹਦਾ ਜ਼ਰੂਰ ਪਤਾ ਕਰਾਂਗੇ ਉਹ ਘਟਾਂਗੇ ਹੈ ਇਹ ਬਦਲਾਵ ਨੂੰ ਵੋਟ ਮੰਨੇ ਪੰਜਾਬੀਆਂ ਨੇ ਬਦਲਾਵ ਪਾ ਲਿਆ ਹਾਂ ਪੰਜਾਬ ਐਕਚੁਅਲੀ ਪਤਾ ਕਿ ਅੱਜ ਪੰਜਾਬ ਦੇ ਲੋਕ ਆ ਜਿਹੜੀ ਨਵੀਂ ਚੀਜ਼ ਹੈ ਉਹ ਸਭ ਤੋਂ ਪਹਿਲਾਂ ਅਡਾਪਟ ਕਰਦੇ ਆ ਜੀ ਜੇ ਨਵਾਂ ਮੋਬਾਈਲ ਵੀ ਆ ਜਾਏ ਨਾ ਸਭ ਤੋਂ ਪਹਿਲਾਂ ਪੰਜਾਬੀ ਹੋ ਗਈ ਆਮ ਆਦਮੀ ਪਾਰਟੀ ਤਾਂ ਪੁਰਾਣੀ ਹੋ ਗਈ ਦਿੱਲੀ 'ਚ ਵੀ ਹੈਗਾ ਪੰਜਾਬ 'ਚ ਪਿਛਲੇ ਦੋ ਚੋਣਾਂ ਪੰਜਾਬ 'ਚ ਚਲੋ ਪਹਿਲੀ ਵਾਰੀ ਆਏ ਆ ਨਹੀਂ ਪਿਛਲੀ ਵਾਰੀ ਚਲੋ ਟੁੱਟ ਟੱਟ ਗਈ ਸੀ 5-7 ਸੀਟਾਂ ਲੈ ਗਈ ਤੁਹਾਨੂੰ ਕੀ ਲੱਗਦਾ ਜੇ ਤਾਂ ਆਮ ਆਦਮੀ ਪਾਰਟੀ ਆਉਂਦੀ ਹੈ ਕਰਪਸ਼ਨ ਵਗੈਰਾ ਰੋਕਣ 'ਚ ਕਾਮਯਾਬ ਹੋਣਗੇ ਕੁਛ ਚਲੋ ਮੈਂ ਤਾਂ ਵਧਾਈਆਂ ਦੇਵਾਂ ਦੇਖੋ ਜਿਹੜੀਆਂ ਕਮਿਟਮੈਂਟਾਂ 'ਤੇ ਉਹ ਬਣੇ ਆ ਪੂਰੇ ਕਰਨ ਘੱਟ ਤੋਂ ਘੱਟ ਉਹਨਾਂ ਨੂੰ ਪੂਰੇ ਕਰਨ ਜਿਹੜੇ ਆਮ ਆਦਮੀ ਪਾਰਟੀ ਹੈ ਹੋ ਸਕਦਾ ਪੰਜਾਬ ਦੇ ਲੋਕਾਂ ਦੀ ਬਿਹਤਰੀ ਲੱਗਦਾ ਜੀ ਰਵਾਇਤੀ ਪਾਰਟੀ ਕਾਂਗਰਸ ਔਰ ਅਕਾਲੀ ਦਲ ਤੋਂ ਲੋਕ ਤੰਗ ਆ ਚੁੱਕੇ ਸੀ ਜਿਸ ਕਰਕੇ ਇਹਨਾਂ ਨੇ ਬਦਲਾਵ ਆਮ ਆਦਮੀ ਪਾਰਟੀ ਨੂੰ ਬੜਾ ਲੰਬਾ ਸਮਾਂ ਦੇਖੋ ਪਾਰਟੀਆਂ ਨੇ ਰਾਜ ਵੀ ਕਰਿਆ ਸੇਵਾ ਵੀ ਕਰਿਆ ਸੰਘਰਸ਼ ਵੀ ਕਰਿਆ ਸਾਰਾ ਕੁਛ ਕਰਿਆ ਨਵੀਂ ਪਾਰਟੀ ਆਈ ਹੈ ਲੋਕਾਂ ਨੂੰ ਉਮੀਦਾਂ ਹੈਗੀਆਂ ਸੋ ਹੋਪ ਫੋਰ ਦੀ ਬੈਸਟ ਬਟ ਸਰ ਪੰਜਾਬ ਵਿੱਚ